ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਗੁੜ ਵਾਲੇ ਮਖਾਣੇ ਤੁਸੀਂ ਇਹ ਰੈਸਪੀ ਘਰ ਦੇ ਵਿੱਚ ਪਹਿਲਾਂ ਕਦੇ ਵੀ ਬਣਾ ਕੇ ਟਰਾਈ ਨਹੀਂ ਕੀਤੀ ਹੋਵੇਗੀ ਬਹੁਤ ਹੀ ਟੇਸਟੀ ਰੈਸਪੀ ਅਸੀਂ ਬਣਾ ਕੇ ਅੱਜ ਤਿਆਰ ਕਰਾਂਗੇ ਮਖਾਣੇ ਖਾਣੇ ਤਾਂ ਵੈਸੇ ਵੀ ਹਰ ਇੱਕ ਦਿਨ ਲਈ ਬਹੁਤ ਹੀ ਵਧੀਆ ਹੁੰਦੇ ਹਨ ਇਹਨਾਂ ਦੇ ਵਿੱਚ ਕੈਲਸ਼ੀਅਮ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਚਲੋ ਅੱਜ ਦੀ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਇੱਥੇ ਅਸੀਂ ਇੱਕ ਬੌউল ਭਰ ਕੇ ਫੁੱਲ ਮਖਾਣੇ ਲੈ ਲਏ ਹਨ ਕੱਪ ਦੇ ਹਿਸਾਬ ਨਾਲ ਅਸੀਂ ਇੱਥੇ 2 ਕੱਪ ਫੁੱਲ ਮਖਾਣੇ ਲਏ ਹਨ ਹੁਣ ਅਸੀਂ ਇਹਨਾਂ ਮਖਾਣਿਆਂ ਨੂੰ ਹਲਕਾ ਜਿਹਾ ਰੋਸਟ ਕਰ ਲਵਾਂਗੇ ਤੇ ਕਰੰਚੀ ਜਿਹਾ ਕਰ ਲਵਾਂਗੇ ਅਸੀਂ ਇੱਥੇ ਮੀਡੀਅਮ ਆਂਚ ਦੇ ਉੱਤੇ ਲਗਾਤਾਰ ਹਿਲਾਉਂਦੇ ਹੋਏ ਇਹਨਾਂ ਮਖਾਣਿਆਂ ਨੂੰ ਰੋਸਟ ਕਰਨਾ ਹੈ ਅਸੀਂ ਜਿਵੇਂ ਜਿਵੇਂ ਇਹਨਾਂ ਮਖਾਣਿਆਂ ਨੂੰ ਰੋਸਟ ਕਰਦੇ ਜਾਵਾਂਗੇ ਇਹਨਾਂ ਦੇ ਵਿੱਚ ਕਰੰਚੀਪਨ ਆਪਣੇ ਆਪ ਆਉਂਦਾ ਜਾਵੇਗਾ ਇੱਥੇ ਅਸੀਂ 3 ਮਿੰਟ ਦੇ ਲਈ ਇਹਨਾਂ ਮਖਾਣਿਆਂ ਨੂੰ ਰੋਸਟ ਕਰ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਮਖਾਣੇ ਦਾ ਕਲਰ ਵੀ ਬਦਲ ਗਿਆ ਹੈ ਹੁਣ ਅਸੀਂ ਇੱਕ ਮਖਾਣੇ ਨੂੰ ਚੱਕ ਕੇ ਚੈੱਕ ਕਰ ਲੈਂਦੇ ਆ ਕਿ ਇਹ ਕਿਵੇਂ ਕਰਾਂਚੀ ਬਣਿਆ ਹੈ ਕਿ ਨਹੀਂ ਇੱਥੇ ਸਾਡੇ ਮਖਾਣੇ ਸਾਨੂੰ ਇਸ ਤਰ੍ਹਾਂ ਦਾ ਹੀ ਚਾਹੀਦਾ ਸੀ ਹੁਣ ਅਸੀਂ ਇਹਨਾਂ ਮਖਾਣਿਆਂ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਤੇ ਠੰਡਾ ਕਰ ਲਵਾਂਗੇ ਉਦੋਂ ਤੱਕ ਅਸੀਂ ਹੁਣ ਇੱਕ ਚਾਸ਼ਨੀ ਬਣਾ ਕੇ ਤਿਆਰ ਕਰ ਲਵਾਂਗੇ ਉਸ ਦੇ ਲਈ ਅਸੀਂ ਇੱਕ ਕੜਾਈ ਨੂੰ ਗੈਸ ਦੇ ਉੱਪਰ ਰੱਖ ਦਿੱਤਾ ਹੈ ਹੁਣ ਅਸੀਂ ਇਸਦੇ ਵਿੱਚ ਅੱਧੇ ਕੋਲੀ ਕੁੱਟਿਆ ਹੋਇਆ ਗੁੜ ਲੈ ਲਵਾਂਗੇ ਗੁੜ ਤੁਸੀਂ ਆਪਣੇ ਟੇਸਟ ਅਕੋਰਡਿੰਗ ਵੱਧ ਘੱਟ ਵੀ ਪਾ ਸਕਦੇ ਆ ਹੁਣ ਅਸੀਂ ਇੱਕ ਚਮਚ ਪਾਣੀ ਐਡ ਕਰ ਦਵਾਂਗੇ ਪਾਣੀ ਅਸੀਂ ਇੱਥੇ ਜ਼ਿਆਦਾ ਐਡ ਨਹੀਂ ਕਰਨਾ ਹੈ ਨਹੀਂ ਤਾਂ ਸਾਨੂੰ ਚਾਸ਼ਨੀ ਨੂੰ ਜ਼ਿਆਦਾ ਹੀ ਪਕਾਉਣਾ ਪਵੇਗਾ ਇੱਥੇ ਅਸੀਂ ਹੌਲੀ ਆਂਚ ਦੇ ਉੱਪਰ ਗੁੜ ਨੂੰ ਪਿਗਲਣ ਤੱਕ ਪਕਾਉਂਦੇ ਰਹਾਂਗੇ ਇੱਥੇ ਗੁੜ ਨੂੰ ਬਿਲਕੁਲ ਵੀ ਹਿਲਾਉਣਾ ਬੰਦ ਨਹੀਂ ਕਰਨਾ ਹੈ ਨਹੀਂ ਤਾਂ ਇਹ ਕੜਾਈ ਦੇ ਤਲੇ ਦੇ ਨਾਲ ਚਿਪਕ ਜਾਏਗਾ ਇਥੇ ਅਸੀਂ ਗੁੜ ਨੂੰ ਜਿਵੇਂ ਜਿਵੇਂ ਹਿਲਾਉਂਦੇ ਹੋਏ ਪਕਾਉਂਦੇ ਜਾਵਾਂਗੇ ਇਹ ਆਪਣੇ ਆਪ ਹੀ ਮੈਲਟ ਹੁੰਦਾ ਜਾਵੇਗਾ ਹੁਣ ਅਸੀਂ ਆਪਣੀ ਗੁੜ ਦੀ ਚਾਸ਼ਨੀ ਦੇ ਵਿੱਚ ਇੱਕ ਹਵਾਲ ਆਉਣ ਤੱਕ ਇਸ ਨੂੰ ਪੱਕਣ ਦਵਾਂਗੇ ਅਸੀਂ ਆਪਣੀ ਚਾਸ਼ਨੀ ਨੂੰ ਜ਼ਿਆਦਾ ਨਹੀਂ ਪਕਾਉਣਾ ਹੈ ਇੱਥੇ ਸਾਡੀ ਗੁੜ ਦੀ ਚਾਸ਼ਨੀ ਦੇ ਵਿੱਚ ਇੱਕ ਹਵਾਲ ਆ ਗਿਆ ਹੈ ਹੁਣ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਨਹੀਂ ਤਾਂ ਸਾਡੀ ਚਾਸ਼ਨੀ ਜ਼ਿਆਦਾ ਹੀ ਗਾੜੀ ਹੋ ਜਾਵੇਗੀ ਅਤੇ ਸਾਡੇ ਮਖਾਣੇ ਬਿਲਕੁਲ ਵੀ ਵਧੀਆ ਨਹੀਂ ਬਣਨਗੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਗੁੜ ਵਾਲੇ ਮਖਾਣੇ ਬਣਾ ਕੇ ਜਰੂਰ ਟਰਾਈ ਕਰਿਓ ਤੁਹਾਨੂੰ ਜਰੂਰ ਪਸੰਦ ਆਉਣਗੇ ਬੱਚੇ ਵੀ ਇਹਨਾਂ ਮਖਾਣਿਆਂ ਨੂੰ ਬਹੁਤ ਹੀ ਖੁਸ਼ ਹੋ ਕੇ ਖਾਂਦੇ ਹਨ ਇੰਨੇ ਟੇਸਟੀ ਇਹ ਮਖਾਣੇ ਬਣ ਕੇ ਤਿਆਰ ਹੁੰਦੇ ਹਨ ਬਾਜ਼ਾਰ ਦੇ ਮਖਾਣਿਆਂ ਨਾਲੋਂ ਕਿਤੇ ਵੱਧ ਟੇਸਟੀ ਇਹ ਘਰ ਦੇ ਵਿੱਚ ਹੀ ਅਸੀਂ ਬਣਾ ਕੇ ਤਿਆਰ ਕਰ ਸਕਦੇ ਹਾਂ ਹੁਣ ਅਸੀਂ ਆਪਣੀ ਚਾਸ਼ਨੀ ਦੇ ਵਿੱਚ ਐਡ ਕਰ ਦੇਵਾਂਗੇ ਰੋਸਟ ਕੀਤੇ ਹੋਏ ਮਖਾਣੇ ਹੁਣ ਅਸੀਂ ਚੰਗੀ ਤਰ੍ਹਾਂ ਦੇ ਨਾਲ ਮਖਾਣਿਆਂ ਨੂੰ ਆਪਣੀ ਚਾਸ਼ਨੀ ਦੇ ਵਿੱਚ ਮਿਕਸ ਕਰ ਦੇਵਾਂਗੇ ਤਾਂ ਕਿ ਸਾਡੇ ਮਖਾਣਿਆਂ ਦੇ ਉੱਪਰ ਗੁੜ ਦੀ ਕੋਟਿੰਗ ਵਧੀਆ ਹੋ ਜਾਵੇ ਇਥੇ ਅਸੀਂ ਜਿਵੇਂ ਜਿਵੇਂ ਆਪਣੀ ਚਾਸ਼ਨੀ ਨੂੰ ਮਿਕਸ ਕਰਦੇ ਜਾਵਾਂਗੇ ਇਹ ਆਪਣੇ ਆਪ ਹੀ ਠੰਡੀ ਹੁੰਦੀ ਜਾਵੇਗੀ ਜਦ ਤੱਕ ਅਸੀਂ ਚਾਸ਼ਨੀ ਅਤੇ ਮਖਾਣਿਆਂ ਨੂੰ ਮਿਕਸ ਕਰ ਰਹੇ ਹਾਂ ਤੁਸੀਂ ਜਲਦੀ ਜਲਦੀ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਿਓ ਜੀ ਅਸੀਂ ਇੱਥੇ ਚਾਸ਼ਨੀ ਅਤੇ ਮਖਾਣਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਿਆ ਹੈ ਹੁਣ ਅਸੀਂ ਇਹਨਾਂ ਨੂੰ ਇਸੇ ਤਰ੍ਹਾਂ 5 ਮਿੰਟ ਦੇ ਲਈ ਪਏ ਰਹਿਣ ਦੇਵਾਂਗੇ 5 ਮਿੰਟ ਬਾਅਦ ਤੁਸੀਂ ਦੇਖ ਸਕਦੇ ਆ ਕਿ ਸਾਡਾ ਗੁੜ ਬਿਲਕੁਲ ਠੰਡਾ ਹੋ ਗਿਆ ਹੈ ਅਤੇ ਸਾਡੇ ਮਖਾਣਿਆਂ ਦੇ ਉੱਪਰ ਕਿੰਨੀ ਵਧੀਆ ਇਸਦੀ ਕੋਟਿੰਗ ਹੋ ਗਈ ਹੈ ਬਿਲਕੁਲ ਮਾਰਕੀਟ ਦੇ ਮਖਾਣਿਆਂ ਵਰਗੇ ਅਸੀਂ ਇਹ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰ ਲਏ ਹਨ ਖਾਣੇ ਦੇ ਵਿੱਚ ਇਹ ਬਹੁਤ ਹੀ ਟੇਸਟੀ ਅਤੇ ਕਰੰਚੀ ਹੁੰਦੇ ਹਨ ਇੱਕ ਵਾਰ ਇਹ ਰੈਸਪੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਡੀ ਇਹ ਰੈਸਪੀ ਕਿਹੋ ਜਿਹੀ ਬਣੀ ਹੁਣ ਅਸੀਂ ਆਪਣੇ ਮਖਾਣਿਆਂ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਸਾਡੇ ਮਖਾਣੇ ਕਿੰਨੇ ਸੋਹਣੇ ਦੇਖਣ ਨੂੰ ਲੱਗ ਰਹੇ ਹਨ ਜਿੰਨੇ ਸੋਹਣੇ ਦੇਖਣ ਨੂੰ ਲੱਗ ਰਹੇ ਉਸ ਤੋਂ ਕਿਤੇ ਵਧੇ ਖਾਣੇ ਨੂੰ ਸੁਆਦ ਹੋਣਗੇ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਗੁੜ ਵਾਲੇ ਮਖਾਣੇ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ